हाँ सत श्रीकाल दोस्तों, आपां रात रुके सी इस चर्च दे विच। थल्ले चर्च सी नीचे, ते चर्च तो फिर आपां नूं उपर लै आए सीगे। आ देखो चर्च तो फिर आपां नूं उपर लै आए सी आपदे घरे। इहनां दा घर है ते इत्थे फिर रात आपां रुके। तां रात थोड़ा नवें साल दा इहनां लोकां नाल इंजॉय भी कीता, मणिपुर दिआं नाल वधिया लग्या, बहुत चंगे लोग ने। ਤਾਂ ਮੇਰੇ ਵੱਲੋਂ ਵੀ ਤੁਹਾਨੂੰ ਸਾਰਿਆਂ ਨੂੰ ਨਵੇਂ ਸਾਲ ਦੀਆਂ ਬਹੁਤ ਬਹੁਤ ਮੁਬਾਰਕਾਂ। ਅਤੇ ਚਲੋ ਆਪਾਂ ਅੱਗੇ ਹੁਣ ਤੁਰ ਰਹੇ ਹਾਂ ਮਣੀਪੁਰ ਵੱਲ ਨੂੰ, ਇਫਾਲ ਵੱਲ। ਅਤੇ ਰਾਤ ਬਹੁਤ ਵਧੀਆ ਇੰਜੋਏ। ਅਤੇ ਢੇਰ ਸਾਰਾ ਪਿਆਰ ਮਿਲਿਆ ਮਣੀਪੁਰ ਦੇ ਲੋਕਾਂ ਵੱਲੋਂ। ਅਤੇ ਬਾਕੀ ਲੋਕ ਡਰਾਉਂਦੇ ਨੇ ਵੀ ਯਾਰ ਮਣੀਪੁਰ 'ਚ ਤਾਂ ਇਹ ਹੋ ਜਾਂਦਾ, ਉਹ ਹੋ ਜਾਂਦਾ, ਆਹ ਟਰੱਕਾਂ ਵਾਲੇ ਵੀ ਡਰੀ ਜਾਂਦੇ ਨੇ ਰਸਤੇ 'ਚ, ਮੈਂ ਵੇਖਿਆ। ਪਰ ਨਹੀਂ ਦੋਸਤੋ, ਇਸ ਤਰ੍ਹਾਂ ਦੀ ਕੋਈ ਗੱਲ ਨਹੀਂ, ਬਹੁਤ ਚੰਗੇ ਲੋਕ ਨੇ ਇਹ। ਦੇਖੋ ਫੁੱਲ ਬੂਟਿਆਂ ਨਾਲ ਕਿੰਨਾ ਪਿਆਰ ਹੈ। ਆ ਦੇਖੋ ਘਰ ਭਰੇ ਪਏ ਨੇ ਫੁੱਲਾਂ ਬੂਟਿਆਂ ਨਾਲ। ਅਤੇ ਆਪਦੀ ਥੱਲੇ ਥੋੜ੍ਹੀ ਬਹੁਤੀ ਖੇਤੀ ਵੀ ਕਰਦੇ ਨੇ। ਆਹ ਦੇਖੋ ਜਿਵੇਂ ਗੋਭੀ ਹੋ ਗਿਆ, ਯੇ ਹੋ ਗਿਆ, ਲਸਣ ਲੁਸਣ ਹੋ ਗਿਆ। ਦੇਖੋ ਕਿੰਨੇ ਚੰਗੇ ਲੋਕ ਨੇ, ਕਿੰਨੀ ਵਧੀਆ ਰਾਤ ਸੇਵਾ ਕੀਤੀ ਵਿਚਾਰਿਆਂ ਨੇ, ਰਲ ਮਿਲ ਕੇ ਨਾਲ ਇੰਜੋਏ ਕੀਤਾ ਨਵੇਂ ਸਾਲ ਦਿਆ। ਤਾਂ ਚਲੋ ਮਿੱਤਰੋ, ਚੱਲਦੇ ਹਾਂ ਅੱਗੇ ਆਪਾਂ ਹੁਣ ਅਗਲੇ ਸਫ਼ਰ ਵੱਲ, ਇਫਾਲ ਵੱਲ। ਦੇਖਦੇ ਹਾਂ ਜ਼ਿੰਦਗੀ ਕੀ ਕੁਛ ਵਿਖਾਉਂਦੀ ਹੈ। ਸਤਿ ਸ਼੍ਰੀ ਅਕਾਲ, ਮੁਬਾਰਕਾਂ ਨਵੇਂ ਸਾਲ ਦੀਆਂ ਸਾਰਿਆਂ ਨੂੰ। ਹਾਂ ਦੋਸਤੋ, ਆਪਾਂ ਇੰਫਾਲ ਪਹੁੰਚਣ ਵਾਲੇ ਹਾਂ, ਰਹਿ ਗਿਆ 20 ਕਿਲੋਮੀਟਰ। ਤਾਂ ਇੱਕ ਨਦੀ ਹੈ, ਛੋਟੀ ਜਿਹੀ ਨਦੀ, ਕੋਈ ਖਾਸ ਪਾਣੀ ਨਹੀਂ ਹੈ। ਪਰ ਇੱਥੋਂ ਦੇ ਲੋਕ ਨੇ ਜਿਹੜੇ ਨਵਾਂ ਸਾਲ ਮਨਾਉਣ ਜਾਂ ਨਵੇਂ ਸਾਲ ਨੂੰ ਇੰਜੋਏ ਕਰਨ ਇੱਥੇ ਆਏ ਨੇ। ਗੱਡੀਆਂ 'ਤੇ ਨਦੀਆਂ ਦੇ ਕਿਨਾਰੇ ਆਪਦੀ ਕੈਂਪਿੰਗ ਵਗੈਰਾ ਕੀਤੀ ਹੋਈ ਹੈ। ਇੱਥੇ ਆਪਦਾ ਖਾਣਾ ਖੁਣਾ ਬਣਾ ਰਹੇ ਨੇ ਇਹ, ਅਤੇ ਇੱਥੇ ਖਾਣਾ ਖੁਣਾ ਬਣਾ ਕੇ ਤਾਂ ਇੱਥੇ ਵਿਦ ਫੈਮਿਲੀ ਜਾਂ ਹੋਰ ਕੋਈ ਯਾਰ ਮਿੱਤਰ ਜਿਹੜੇ ਆਏ ਹੋਏ ਨੇ ਤਾਂ ਉਹ ਇਸੇ ਤਰ੍ਹਾਂ ਇੰਜੋਏ ਕਰਕੇ ਫਿਰ ਇਹ ਸ਼ਾਮ ਨੂੰ ਜਾਣਗੇ। ਆ ਦੇਖੋ ਆ ਨਦੀ ਹੈ, ਦੇਖੋ ਦੂਰ ਤੱਕ ਇਹ ਲੋਕ ਇੰਜੋਏ ਕਰ ਰਹੇ ਨੇ ਆਪਦਾ ਬੀਅਰ ਅਤੇ ਚਿਕਨ ਫਿਕਨ ਇੱਥੇ ਬਣਾਈ ਜਾਂਦੇ ਨੇ, ਤਾਂ ਇੱਥੇ ਹੀ ਆਨੰਦ ਲਈ ਜਾਂਦੇ ਨੇ। ਦੇਖੋ ਕਿੰਨਾ ਵਧੀਆ ਲੱਗਿਆ ਇਹ ਲੋਕ, ਕਿੰਨਾ ਵਧੀਆ ਢੰਗ ਨਾਲ ਨਵਾਂ ਸਾਲ ਆ ਜਿਹੜਾ ਇੰਜੋਏ ਕਰ ਰਹੇ ਨੇ। ਠੀਕ ਹੈ, ਤਾਂ ਇਹਨਾਂ ਲੋਕਾਂ ਦਾ ਰਹਿਣ ਸਹਿਣ ਕੁਛ ਵੱਖਰਾ ਲੱਗਿਆ। ਦੇਖੋ ਇਸ ਤਰ੍ਹਾਂ ਆਪਦਾ ਨਾਲ ਹੀ ਰੋਟੀ ਪਾਣੀ ਸਾਰਾ ਕੁਛ। ਆ ਨਦੀ ਹੈ ਛੋਟੀ ਜਿਹੀ, ਹਾਂ 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 ਹੋਰ ਗੱਡੀਆਂ ਆਈ ਜਾਂਦੀਆਂ ਹੈਗੀਆਂ। ਕਿੰਨਾ ਵਧੀਆ ਹੈ ਜੀ, ਨਿਊ ਈਅਰ, ਹੈਪੀ ਨਿਊ ਈਅਰ। ਆ ਕਹਾਂ ਸੇ ਹਮ, ਪੰਜਾਬ ਸੇ ਆਲ ਇੰਡੀਆ ਸਾਈਕਲਿੰਗ, ਤੋ ਆਪ ਕਹਾਂ ਸੇ ਹੋ? ਅੱਛਾ, ਇੰਜੋਏ ਕਰਨੇ ਆਏ ਨਿਊ ਈਅਰ। ਓ ਵੈਰੀ ਗੁੱਡ, ਵੈਰੀ ਗੁੱਡ। ਹਾਂ 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 ਦੋਸਤੋ, ਆਪਾਂ ਪਿੱਛੋਂ ਚੱਲੇ ਸੀ ਨਾਗਾਲੈਂਡ ਤੋਂ, ਤਾਂ ਚੱਲਦੇ ਚੱਲਦੇ ਕਾਫੀ ਸਫ਼ਰ ਕੱਢਿਆ। ਇਹ ਕਰਨ ਗਾਮ ਹੈ, ਡਿਸਟ੍ਰਿਕਟ ਕਹਿੰਦੇ ਨੇ ਸੈਨਾਪਤੀ ਹੈ। ਇਹ ਵੀ ਇੱਕ ਪਹਾੜੀ 'ਤੇ ਵਸਿਆ ਹੋਇਆ, ਅਤੇ ਇੱਕ ਚੌਂਕ 'ਚ ਆਇਆ ਵੀ ਚਲੋ ਇੱਥੇ ਬਹਿ ਕੇ ਪੂੜੀਆਂ ਪਾਣੀਆਂ ਜਾਂ ਕੋਈ ਨਾਸ਼ਤਾ ਪਾਣੀ ਕਰਦੇ ਹਾਂ। ਤੜਕੇ 'ਤੇ ਚੱਲੇ ਹੋਏ ਹਾਂ,
आ तरुण गांव है, सेनापति डिस्ट्रिक्ट है। तो अज न्यू ईयर करके नवा साल करके चारे पासे रौनक ही रौनक ने। तो इन लोगों भी बहुत क्रेज है इन चीज़ों का। तो आ देखो तो आप भी थोड़ा नाश्ता पानी करन दी सोच रहे हैं। आ देखो आ शॉल इन्हों की खासियत है, ये लैके रखना इन्होंने अज। रेस्टोरेंट है ते न्यू ईयर करके सारे कर रहे हैं। आप भी अज इतने लंच कर रहे हैं, थोड़ा हाँ सॉरी ब्रेकफास्ट कर रहे हैं। तो ठीक है दोस्तों, चलते हैं अगे कहीं अपना अगला सफर है जिहड़ा अपना इवें जो गुजारी रहूगा। तो थोड़ा ही रह गया अगे जाके आप मणिपुर की राजधानी कोहिमा रुकना है। हाँ दोस्तों पिछों चले हुए आप कोहिमा तो नागालैंड कोहिमा तो इधर चलते चलते आप हुण जा रहे हैं इफाल वल। तां रोड थोड़ा ठीक हो गया, पिछे तां काफ़ी खराब सी, हुण रोड ठीक है। तो चलदिआं चलदिआं अजनबी इहो जिहे मित्र मिल जांदे ने जिहड़े कदे नहीं भुल्लदे। तो आह मित्र मिले ने, एक तां इह मिलिआ बेचारे ने बहुत प्यार सतिकार दित्ता है। तां उस तों बाद इह ड्राइवर है, इह सामणे इहदी गड्डी है, कलकत्ते दे रहिण वाले ने। बाकी इह है इह मुंडे ने, इहनां दा रेस्टोरेंट है। आह देखो आह होटल है। तो इन्होंने बेचारे ने इन्नी सेवा की है, आदि कच्चा होटल लिप रहे ने। आ देखो आ कच्चा होटल है। तो देखो दोस्तों किन्ना हो है ना, देखो आ लिप रहे ने। तो इन्होंने बेचारे ने रोटियां फराटियां चाह पानी तो आम करता। तो बहुत वधिया लग्या इन्हां लोगों नूं मिलके। तो चलो ठीक है दोस्तों, चलते हैं नेड़ी रह गया इंफाल, ते खिच्ची तुरे जा रहे हैं। तो मिलांगे अगे किसी मोड़ पर। बहुत बहुत धन्यवाद, बहुत बहुत शुक्रिया। हाँ दोस्तों चलते चलते तो अब इफाल दे मित्र मिले ने, देख के बड़े खुश होए ने, मैनू बागो बाग हो गए। तो बोलो देखो दोस्तों और अपनी खांचा वाह जी वाह। देखो दोस्तों किन्ने प्यारे मित्र ने, किन्ना वड़न सार ही किन्ना सत्कार दिता इन्हां लोकां ने। बहुत बहुत शुक्रिया जी, बहुत बहुत धन्यवाद। हाँ सत श्री अकाल दोस्तों, आपां पिछों नागालैंड की राजधानी कोहिमा तो चलते हुए तो मणिपुर पहुँचे हाँ।
मणिपुर की राजधानी इंफाल, तो गुरद्वारा साहब है इंफाल का, बहुत ही खूबसूरत तो लंबा चौड़ा बहुत बड़ा गुरद्वारा है। तो इतने अज आप रुक रहे हैं, तो शायद आप इतने कल नू भी रुकीए, तो फिर अगले सफर लिए मिजोरम वल प्लान बनावांगे। तो गुड नाइट सारयां नू।